ਪਾਣ ਵਾਲੀ ਸੰਬੰਧ ਵਿੱਚ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਲੋਕਾਂ ਦਾ ਸਫ਼ਰ ਆਸਾਨ ਅਤੇ ਸੁਰੱਖਿਅਤ ਹੋਵੇਗਾ। ਸਰਕਾਰ ਪੀਆਰਟੀਸੀ ਦੇ ਢੇੜੇ ਵਿੱਚ ਕਰੀਬ 777 ਨਵੀਆਂ ਬੱਸਾਂ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ। 400 ਤੋਂ ਵੱਧ ਬੱਸਾਂ ਲਈ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪੀਆਰਟੀਸੀ ਨੂੰ ਜਨਵਰੀ 2025 ਵਿੱਚ 200 ਬੱਸਾਂ ਮਿਲਣਗੇ ਜਦਕਿ ਬਾਕੀ ਬੱਸਾਂ ਮਈ ਮਹੀਨੇ ਤੱਕ ਸੜਕਾਂ ਤੇ ਉਤਾਰੀਆਂ ਜਾਣਗੀਆਂ। ਇਸ ਤੋਂ ਇਲਾਵਾ ਸਰਕਾਰੀ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ ਜਲਦ ਹੀ ਸੰਬੰਧੀ ਪ੍ਰਸਤਾਵ ਤਿਆਰ ਕਰਕੇ ਮੰਤਰੀ ਮੰਡਲ ਵਿੱਚ ਲਿਆਂਦਾ ਜਾਵੇਗਾ ਸਰਕਾਰ ਇਸ ਪਿਲੇ ਸਰਕਾਰੀ ਬਸ ਸੇਵਾ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ ਨਾਲ ਹੀ ਇਸ ਨੂੰ ਪ੍ਰਾਈਵੇਟ ਬਸਾਂ ਦੀ ਤਰਜ਼ ਤੇ ਸੁਧਾਰਿਆ ਜਾ ਰਿਹਾ ਹੈ ਮੌਜੂਦਾ ਸੰਵਿਧਾਨਿਕ ਗੱਲ ਕਰੀਏ ਤਾਂ ਪੀਆਰਟੀਸੀ ਕੋਲ 704 ਦੇ ਕਰੀਬ ਬਸਾਂ ਜੋ ਹੁਣ ਵਾਦ ਕੇ 1100 ਹੋ ਜਾਣਗੀਆਂ ਇਸ ਦੇ ਨਾਲ ਹੀ ਲੋਕਾਂ ਨੂੰ ਰੋਜ਼ਾਨਾ 1.25 ਕਰੋੜ ਰੁਪਏ ਦੀ ਬੱਸ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ ਪੀਆਰਟੀਸੀ ਨੇ ਸਾਲ 2021-22 ਦੇ ਮੁਕਾਬਲੇ ਸਾਲ 2023-24 ਵਿੱਚ 260 ਕਰੋੜ ਤੋਂ ਵੱਧ ਦੀ ਕਮਾਈ ਦਾ ਰਿਕਾਰਡ ਬਣਾਇਆ ਸੀ 2022-23 ਦੀ ਆਮਦਨ ਵਧ ਕੇ 870 ਕਰੋੜ ਰੁਪਏ ਹੋ ਗਈ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਕਰੀਬ 600 ਬਸਾਂ ਦੇ ਪਰਮਿਟ ਰਾਤ ਕੀਤੇ ਗਏ ਸਨ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਨੀਮਾ ਨੂੰ ਤੋੜ ਕੇ ਟੈਂਡਰ ਜਾਰੀ ਕੀਤੇ ਗਏ ਸਨ ਇਸ ਕਾਰਨ ਛੋਟੇ ਬਸ ਚਾਲਕਾਂ ਦਾ ਪੂਰੀ ਇਤਰਾਸ ਸਫਾਇਆ ਹੋ ਗਿਆ ਸੀ ਧੁਕਦਿਆਂ ਨੇ ਉਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਧੁਕਦਿਆਂ ਨੇ ਇੱਕ ਚੋਰ ਉਤੋਂ ਚਤੁਰ ਉਹ ਕੀ ਕਹਿੰਦੇ ਹੁੰਦੇ ਆ ਕਿ ਇੱਕ ਚੋਰੀ ਅਤੇ ਉਤੋਂ ਸੀਨਾ ਚੋਰੀ ਪੰਜਾਬ ਦੇ ਕਿਸਾਨਾਂ ਦੀ ਪਿਛਲੇ 1 ਮਹੀਨੇ ਤੋਂ ਪੰਜਾਬ ਵਿੱਚ ਖੁੱਲ ਕੇ ਲੁੱਟ ਹੋਈ ਆ ਔਰ ਹਜ਼ਾਰਾਂ ਕਰੋੜਾ ਰੁਪਏ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਐਮਐਸਪੀ ਤੋਂ ਥੱਲੇ ਕਿਸੇ ਨੇ 300 ਕਿਸੇ ਨੇ 400 ਕਿਸੇ ਨੇ 500 ਰੁਪਏ ਕਿੰਟਲ ਤੱਕ ਝੋਨੇ ਦਾ ਜਿਹੜਾ ਉਹਨਾਂ ਨੂੰ ਮਜਬੂਰਨ ਛੇਲਰ ਵਾਲਿਆਂ ਨੂੰ ਆਪਣੀ ਫਸਲ ਵੇਚਣੀ ਪਈ ਆ ਤੇ ਭਗਵੰਤ ਮਾਨ ਦੀ ਸਰਕਾਰ ਸੁੱਤੀ ਹੋਈ ਆ ਜਿਹੜਾ ਕੰਮ ਇਹਨਾਂ ਨੂੰ 3-4 ਮਹੀਨੇ ਪਹਿਲਾਂ ਉੱਠ ਕੇ ਜਾਗ ਕੇ ਔਰ ਭਾਜਪਾ ਦੀ ਗਵਰਨਮੈਂਟ ਨਾਲ ਕੇਂਦਰ ਚ ਗੱਲ ਕਰਕੇ ਸਾਰੇ ਗੋਦਾਮ ਖਾਲੀ ਕਰਾਉਣੇ ਚਾਹੀਦੇ ਸੀ ਕਿ ਪੰਜਾਬ ਦੇ ਸ਼ੈਲਰਾਨਾ ਬੈਠ ਕੇ ਐਗਰੀਮੈਂਟ ਕਰਕੇ ਔਰ ਸਮੂਥ ਪ੍ਰੋਕਿਊਰਮੈਂਟ ਜਿਵੇਂ ਮਗਰਲੀਆਂ ਸਰਕਾਰਾਂ ਅਕਾਲੀ ਚਾਹੇ ਕਾਂਗਰਸੀਆਂ ਕਰਦੀਆਂ ਰਹੀਆਂ ਉਸ ਤਰ੍ਹਾਂ ਕਰਨੀ ਚਾਹੀਦੀ ਸੀ ਉਹ ਤਾਂ ਇਹਨਾਂ ਨੇ ਕੀਤਾ ਨਹੀਂ ਤੇ ਹੁਣ ਜਦੋਂ ਦੇਖਿਆ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਜੁੱਤੀ ਲਾਈ ਹੋਈ ਆ ਔਰ ਧਰਨੇ ਵੱਜ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਤੇ ਆ ਕੱਲ ਕੇ ਪਰਸੋਂ ਇੱਕ ਦਿਖਾਵਾ ਕਰਨ ਵਾਸਤੇ ਇੱਕ ਡਰਾਮਾ ਕਰਨ ਵਾਸਤੇ ਇੱਕ ਧਰਨਾ ਦਿੱਤਾ ਜੀ ਭਾਜੀਪੀ ਦੇ ਦਫ਼ਤਰ ਦੇ ਬਾਹਰ ਚੰਡੀਗੜ੍ਹ ਪਾਣੀ ਦੀਆਂ ਬੁਛਾੜਾਂ ਖਾਲੀਆਂ ਫੋਟੋਆਂ ਕਚਵਾਲੀਆਂ ਔਰ ਪੱਗਾਂ ਲਵਾ ਲੀਆਂ ਹਾਲਾਂਕਿ ਪੱਗਾਂ ਦੀ ਵੀ ਬੇਫਕੂਫੀ ਹੈ ਅਗਰ ਲੱਥੀਆਂ ਨੇ ਤੇ ਇਹਨਾਂ ਦੀ ਬੇਫਕੂਫੀ ਕਰਕੇ ਲੱਥੀਆਂ ਨੇ ਉਹਦੀ ਕੋਈ ਲੋੜ ਨਹੀਂ ਸੀਗੀ ਭਾਜਪਾ ਦਾ ਰੁਈਆ ਪੰਜਾਬ ਦੇ ਖਿਲਾਫ ਉਹ ਤਾਂ ਸ਼ਰਯਾਮ ਸਪਸ਼ਟ ਹੈ ਸਾਨੂੰ ਪਤਾ ਵਾ ਲੇਕਿਨ ਤੁਸੀਂ ਦੱਸੋ ਕਿ ਤੁਹਾਡੀ ਜਿਹੜੀ ਜ਼ਿੰਮੇਵਾਰੀ ਸੀ ਕਿਸਾਨਾਂ ਦੀ ਫਸਲ ਚੱਕਣ ਲਈ ਤੁਸੀਂ ਕੀ ਕੀਤਾ ਭਾਜਪਾ ਨੂੰ ਤਾਂ ਲੋਕਾਂ ਨੇ ਵੋਟਾ ਥੋੜੋ ਪਾਈਆਂ ਨੇ ਭਾਜਪਾ ਨੂੰ ਤਾਂ ਪੰਜਾਬ ਚੋਂ ਹਮੇਸ਼ਾ ਹਰਾ ਕੇ ਭੇਜਿਆ ਵਾ ਇੱਕ ਵੀ ਸੀਟ ਨਹੀਂ ਦਿੱਤੀ ਗਈ ਲੇਕਿਨ ਜਿਹੜੀਆਂ 92 ਸੀਟਾਂ ਤੁਹਾਨੂੰ ਦਿੱਤੀਆਂ ਸਰਕਾਰ ਬਣਾਈ ਤੁਸੀਂ ਇੱਕ ਪੂਰਾ ਮਹੀਨਾ ਇੱਕ ਪਾਸੇ ਦੀਵਾਲੀ ਦਾ ਤਿਉਹਾਰ ਚੱਲ ਰਿਹਾ ਵਾ ਇੱਕ ਪਾਸੇ ਸਾਡੇ ਕਿਸਾਨ ਮੰਡੀਆਂ ਵਿੱਚ ਬੈਠੇ ਹਤਾਸ਼ ਨੇ ਲੇਬਰ ਵਿਚਾਰੀ ਗਰੀਬ ਆਦਮੀ ਹਤਾਸ਼ ਨੇ ਆੜਤੀਏ ਪਰੇਸ਼ਾਨ ਨੇ ਲੇਕਿਨ ਇਸ ਦਾ ਕੋਈ ਹੱਲ ਨਹੀਂ ਕੀਤਾ ਔਰ ਕੇਂਦਰ ਸਰਕਾਰ ਨੇ 43000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਸਪਟੈਂਬਰ ਦੇ ਮਹੀਨੇ ਪਹਿਲਾਂ ਇੱਥੇ ਪੰਜਾਬ ਦੇ ਖਾਤੇ 'ਚ ਪਾਤੀ ਸੀ ਭਾਵ ਕਿ ਇੱਕ ਇੱਕ ਦਾਣਾ ਦਾ ਦੇ ਮਿਨੀਮਮ ਸਪੋਰਟ ਪ੍ਰਾਈਸ ਦੇ ਪੈਸੇ ਦੇਣ ਦਾ ਪ੍ਰਬੰਧ ਭਗਵੰਤਪਾਨ ਸਰਕਾਰ ਕੋ ਸਿਗਾ ਲੇਕਿਨ ਕਿਉਂਕਿ ਆਪਾਂ ਨਟਕੀਆਂ 'ਚ ਬਿਜ਼ੀ ਆ ਨਾ ਫਜ਼ੂਲ ਦੇ ਧਰਨੇ ਮੁਜਾਰਿਆਂ ਵਿੱਚ ਦਿਖਾਵੇ ਵਿੱਚ ਪੋਸਟਰ ਬਾਜੀ ਵਿੱਚ ਇਸ਼ਤਿਹਾਰਾਂ ਵਿੱਚ ਤੇ ਆਪਾਂ ਪੰਜਾਬ ਦੇ ਕਿਸਾਨ ਦੀ ਲੁੱਟ ਹੋਣ ਦਿੱਤੀ 185 ਲੱਖ ਮੈਟ੍ਰਿਕ ਟਨ ਫਸਲ ਪੰਜਾਬ ਦੀ ਇਸ ਵਾਰ ਆਈ ਹੈ ਮੰਡੀਆਂ ਦੇ ਵਿੱਚ ਅਗਰ 10 ਪੈਸੇ ਵੀ 10% ਵੀ ਮਿਨਿਮਮ ਸਪੋਰਟ ਪ੍ਰਾਈਸ ਤੋਂ ਪੈਸੇ ਘੱਟ ਮਿਲਣ ਕਿਸਾਨਾਂ ਨੂੰ ਤੇ 5000 ਕਰੋੜ ਰੁਪਏ ਦੇ ਪੰਜਾਬ ਦੇ ਕਿਸਾਨ ਦੀ ਲੁੱਟ ਹੋਈ ਆ ਇਹ ਬਹੁਤ ਵੱਡੀ ਲੁੱਟ ਆ ਇਸ ਲਈ ਔਰ ਆ ਜਿਹੜਾ ਧਰਨਾ ਸੀ ਉਹ ਕੀ ਕਹਿੰਦੇ ਹੁੰਦੇ ਚੀਚੀ ਨੂੰ ਖੂਨ ਲਾ ਕੇ ਤੇ ਸ਼ਹੀਦ ਬਣਨ ਚੱਲਿਆ ਜਿਹੜੇ ਅਤੀਸਕੈਂਟ ਵਾਲਾ ਧਰਨਾ ਮਾਰ ਰਿਹਾ ਸੀ ਨੇ ਦਿੱਲੀ ਬਿਲਕੁਲ ਉਹੀ ਡਰਾਮਾ ਫਿਰ ਰਿਪੀਟ ਕੀਤਾ ਚੰਡੀਗੜ੍ਹ ਤੇ ਇਹ ਬੰਦ ਕਰੋ ਅਸੀਂ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਦੀ ਭਗਵੰਤ ਮਾਨ ਦੀ ਤੈਅ ਕੀਤੀ ਹੋਈ ਆ ਚਾਹੇ ਉਹ ਕਿਸਾਨ ਝੋਨੇ ਦੀ ਖਰੀਦ ਆ ਚਾਹੇ ਹੋ 1 4 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਮਸਲਾ ਵਾ ਚਾਹੇ ਉਹ ਪੰਜਾਬ ਦੇ ਜ਼ਮੀਨ ਥੱਲੇ ਧਰਤੀ ਦਾ ਪਾਣੀ ਗੰਦਲਾ ਤੇ ਡੂੰਗਾ ਹੁੰਦਾ ਜਾ ਰਿਹਾ ਉਸ ਦਾ ਮਸਲਾ ਵਾ ਚਾਹੇ ਉਹ ਪਾਕਿਸਤਾਨ ਨਾਲ ਕਿਵੇਂ ਬਾਰਡਰ ਖੁੱਲਣਾ ਵਾ ਤੇ ਪੰਜਾਬ ਦਾ ਕਿਸਾਨ ਤੇ ਇੰਡਸਟਰੀ ਕਿਵੇਂ ਜਿਹੜੀ ਆ ਉਹ ਤਰੱਕੀ ਕਰ ਸਕਦੀ ਆ ਤੇ ਚਾਹੇ ਗੈਰ ਪੰਜਾਬੀਆਂ ਦਾ ਪੰਜਾਬ ਵਿੱਚ ਬਿਨਾ ਕਿਸੇ ਕਾਨੂੰਨ ਤੋਂ ਆਉਣਾ ਧੜਾ ਧੜ ਇਹ ਸਾਰੇ ਮਸਲੇ ਜਿਹੜੇ ਸੀਗੇ ਇਹਦੇ ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਤੁਸੀਂ ਕਿਸੇ ਹੋਰ ਤੇ ਓਨਸ ਨੇ ਪਾਸ ਕਰ ਸਕਦੇ ਆ ਜਿਹੜਾ ਡਰਾਮਾ ਕੀਤਾ ਇਸ ਤਰ੍ਹਾਂ ਦੇ ਡਰਾਮੇ ਬੰਦ ਕਰੋ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇਹਨਾਂ ਦੀ ਸਾਰੀ ਨਟੰਕੀ ਚੁਟਕਲੇ ਆ ਸਭ ਕੁਝ ਦੇਖ ਲਿਆ ਵਾ ਔਰ ਅੱਧੇ ਤੋਂ ਜ਼ਿਆਦਾ ਸਮਾਂ ਇਹਨਾਂ ਨੇ ਇਦਾਂ ਹੀ ਪਾਸ ਕਰ ਦਿੱਤਾ ਪਿਛਲੇ 2.5 ਸਾਲਾਂ ਵਿੱਚ ਇੱਕ ਨਵਾਂ ਪੈਸਾ ਪੰਜਾਬ ਦੇ ਪਿੰਡਾਂ 'ਚ ਕਿਸੇ ਤਰ੍ਹਾਂ ਵਿਕਾਸ ਵਾਸਤੇ ਨਹੀਂ ਗਿਆ ਜਿਹੜੀ ਪੰਚਾਇਤਾਂ ਦੀ ਲੁੱਟ ਹੋਈ ਉਹ ਅਲੈਦਾ ਹੋਈ ਆ ਇਸ ਲਈ ਮੈਂ ਤਾਂ ਤੁਹਾਨੂੰ ਅਪੀਲ ਕਰੂੰਗਾ ਕਿ ਚਾਰ ਜਿਮਨੀ ਚੋਣਾ ਆ ਰਹੀਆਂ ਤੁਹਾਡੋ ਕੋ ਮੌਕਾ ਆ ਰਿਹਾ ਇਹਨਾਂ ਚਾਰੀ ਚਾਰਾ ਇਹਨਾਂ ਚਾਰੇ ਜਿਮਨੀ ਚੋਣਾ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਸ ਮੌਜੂਦਾ ਨਲਾਇਕ ਸਰਕਾਰ ਨੂੰ ਹਰਾਓ ਗਣੀਆਂ ਨਾਲੀਆਂ ਦੀ ਰਾਜਨੀਤੀ ਮਤ ਦੇਖੋ ਲਾਰਜਰ ਇਸ਼ੂਸ ਜੇ ਪੰਜਾਬ ਨੂੰ ਦਰਪੇਸ਼ ਨੇ ਚੁਣੌਤੀਆਂ ਉਹਨਾਂ ਨੂੰ ਦੇਖ ਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਸੋ ਇੱਕ ਵਾਰ ਫਿਰ ਮੈਂ ਪੰਜਾਬ ਸਰਕਾਰ ਦੀ ਨਿਖੇਦੀ ਕਰਦਾ ਔਰ ਨਿੰਦਿਆ ਕਰਦਾ ਹਾਂ ਕਿ ਜੋ ਸਾਡੇ ਕਿਸਾਨਾਂ ਦਾ ਤੁਸੀਂ ਸ਼ੋਸ਼ਣ ਕੀਤਾ ਔਰ 1 ਮਹੀਨਾ ਉਹਨਾਂ ਨੂੰ ਖੱਜਲ ਖੁਆਰ ਕੀਤਾ ਤੇ 400 500 ਰੁਪਏ ਪ੍ਰਤੀ ਕੁਇੰਟਲ ਦਾ ਪੈਸੇ ਕੱਟ ਦਿੱਤੇ ਇੱਕ ਇੱਕ ਪੈਸਾ ਦੇਣ ਤੇ ਤੁਸੀਂ ਪਾਬੰਦ ਹੋ ਤੁਹਾਡੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਕਿ ਅਸੀਂ 22 ਫਸਲਾ ਦੇ ਐਮਐਸਪੀ ਦੇ ਕੇ ਕੱਲੀ ਕੱਲੀ ਫਸਲ ਚੱਕਿਆ ਕਰਾਂਗੇ ਚਾਹੇ ਤੁਸੀਂ ਬੋਨਸ ਦਿਓ ਚਾਹੇ ਕੇਂਦਰ ਦਾ ਮਿੰਟ ਕੱਢੋ ਕਿਸੇ ਤਰੀਕੇ ਨਾਲ ਕੱਢ ਕੇ ਸਾਡੇ ਕਿਸਾਨਾਂ ਨੂੰ ਜੋ ਮਿਨਿਮਮ ਸਪੋਰਟ ਪ੍ਰਾਈਸ 2320 ਰੁਪਏ ਜਾਂ ਜਿੰਨੀ ਵੀ ਰੇਟ ਫਿਕਸ ਹੋਇਆ ਉਹ ਮੁਕੰਮਲ ਪੈਸਾ ਪੰਜਾਬ ਦੇ ਕਿਸਾਨਾਂ ਦੇ ਖਾਤੇ ਵਿੱਚ ਜਾਣਾ ਚਾਹੀਦਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਰ ਮੇਰੇ ਵੀਵਜ਼ ਠੀਕ ਲੱਗੇ ਤਾਂ ਇਹਨੂੰ ਮੈਕਸਿਮਮ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਸਫ਼ਰ ਕਰਨ ਵਾਲਿਆਂ ਲਈ ਜਲਦ ਹੀ ਵੱਡੀ ਰਾਹਤ ਮਿਲਣ ਵਾਲੀ ਹੈ ਇਹਨਾਂ ਸੂਬਿਆਂ ਵਿੱਚ ਸੜਕ ਸਫ਼ਰ ਹੋਰ ਆਸਾਨ ਹੋਣ ਵਾਲਾ ਹੈ ਦਰਸਲ ਹਰਿਆਣਾ ਸਰਦ ਤੱਕ 113 ਕਿਲੋਮੀਟਰ ਐਕਸਪ੍ਰੈਸ ਪੇ ਦਿੱਲੀ ਅੰਮ੍ਰਿਤਸਰ ਕਟੜਾ ਦਾ ਹਿੱਸਾ ਪੂਰੀ ਤਰ੍ਹਾਂ ਤਿਆਰ ਹੈ ਸੰਭਵ ਤੌਰ ਤੇ ਦੀਵਾਲੀ ਤੋਂ ਬਾਅਦ ਇਸ ਨੂੰ ਖੋਲ੍ਹਿਆ ਜਾਵੇਗਾ ਇਜਦੇ ਸ਼ੁਰੂ ਹੋਣ ਤੋਂ ਬਾਅਦ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਆਵਾਜਾਈ ਆਸਾਨ ਹੋ ਜਾਵੇਗੀ ਇਹ ਹਰਿਆਣਾ ਤੇ ਪੰਜਾਬ ਦੀ ਲੋਕਾਂ ਲਈ ਦਿਵਾਲੀ ਦਾ ਤੋਹਫਾ ਹੈ ਇਹ ਦੇਸ਼ ਦਾ ਸਭ ਤੋਂ ਵੱਡਾ ਹਾਈਵੇ ਹੈ ਇਸਦੇ ਸ਼ੁਰੂ ਹੋਣ ਨਾਲ ਇਹਨਾਂ ਸੂਬਿਆਂ ਵਿੱਚ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ ਜ਼ਮੀਨਾਂ ਦੇ ਭਾਅ ਵੀ ਚੜਨਗੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਿੱਲੀ ਅਮਰਕਟੜਾ ਗ੍ਰੀਨਫੀਲਡ ਐਕਸਪ੍ਰੈਸਵੇ 650 ਕਿਲੋਮੀਟਰ ਤੋਂ ਵੱਧ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਇਸਦਾ ਕੰਮ ਕਈ ਪੜਾਅ ਵਿੱਚ ਚੱਲ ਰਿਹਾ ਸੀ ਹਰਿਆਣਾ ਵਿੱਚ ਕੇ ਐਮ ਪੀ ਤੱਕ 180 ਕਿਲੋਮੀਟਰ ਦਾ ਕੰਮ ਪੂਰਾ ਹੋ ਗਿਆ ਹੈ ਯਾਨੀ ਸੋਨੀਪਟ ਤੋਂ ਪੰਜਾਬ ਬਾਰਡਰ ਤੱਕ ਐਕਸਪ੍ਰੈਸ ਵੇ ਪੂਰੀ ਤਰ੍ਹਾਂ ਤਿਆਰ ਹੈ ਇਸ ਦੇ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਦੀ ਸਰਦ ਤੱਕ ਆਸਾਨੀ ਨਾਲ ਸਫ਼ਰ ਕਰਨਾ ਸੰਭਵ ਹੋ ਜਾਵੇਗਾ ਇਹ ਹਾਈਵੇ ਸਭ ਤੋਂ ਵੱਧ ਪੰਜਾਬ ਵਿੱਚੋਂ ਲੰਘੇਗਾ ਪਰ ਇਸ ਦਾ ਕੰਮ ਥੋੜਾ ਹੌਲੀ ਚੱਲ ਰਿਹਾ ਹੈ ਇਹ ਹਾਈਵੇ ਜੰਮੂ ਕਟੜਾ ਤੱਕ ਜਾਵੇਗਾ ਪੰਜਾਬ ਵਿੱਚ ਸ਼੍ਰੋਮਣੀ ਅਕਾਲ ਦਲ ਬਾਦਲ ਵਿੱਚ ਸਭ ਕੁਝ ਠੀਕ ਨਹੀਂ ਜਾ ਰਿਹਾ ਹੁਣ ਵੀ ਪਾਰਟੀ ਦੇ ਸੀਨੀਅਰ ਆਗੂ ਮਰਪਤ ਖਿਆਲੀ ਪਾਰਟੀ ਨੂੰ ਲੈ ਕੇ ਫੈਸਲਿਆਂ ਬਾਰੇ ਕੁਝ ਕਹਿਣ ਤੋਂ ਪੂਰੀ ਤਰ੍ਹਾਂ ਚੁਕਰੇ ਹਨ ਉਹ ਹਜੇ ਵੀ ਕੁਝ ਮੁੱਦਿਆਂ ਤੇ ਵਿਚਾਰਾਂ ਨੂੰ ਲੈ ਕੇ ਪਾਰਟੀ ਨਾਮਨਾ ਰਾਜ ਚੱਲ ਰਹੇ ਹਨ ਸਵਾਲ ਕੀਤੇ ਜਾਂਦੇ ਵਿਧਾਇਕ ਮਰਪਤ ਖਿਆਲੀ ਨੇ ਕਿਹਾ ਕਿ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਇਸ ਸਮੇਂ ਪਾਰਟੀ ਨਾਲ ਕੁਝ ਮੁੱਦਿਆਂ ਨੂੰ ਲੈ ਕੇ ਮੇਰੇ ਮਤਭੇਦ ਚੱਲ ਰਹੇ ਹਨ ਇਸ ਲਈ ਪਾਰਟੀ ਦੇ ਕਿਸੇ ਵੀ ਫੈਸਲੇ ਤੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕਰਾਂਗਾ ਉਹ ਮੇਰੀ ਹਜੇ ਉਹਦੇ ਬਾਰੇ ਕੁਝ ਤੁਹਾਨੂੰ ਪਤਾ ਤਾਂ ਹੈਗਾ ਮੇਰਾ ਕੁਝ ਗੱਲਾਂ ਨਾਲ ਲੈ ਕੇ ਅਸੀਂ ਥੋੜਾ ਜਿਹਾ ਹੈਗਾ ਚੱਲ ਰਿਹਾ ਤੋਂ ਇਸ ਲਈ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹਨਾਂ ਦੀ ਮਰਜ਼ੀ ਹੈਗੀ ਆ ਦੇਖੋ ਉਹਦੇ ਲਈ ਕੇਂਦਰ ਸਰਕਾਰ ਹੈ ਜਿਹੜੀ ਮੈਂ ਸਮਝਦਾ ਕਿ ਜ਼ਿੰਮੇਵਾਰ ਹੈਗੀ ਆ ਨਾਲ ਸੂਬਾ ਸਰਕਾਰ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਪੰਜਾਬ ਸਾਡਾ ਕੀਤੀ ਪ੍ਰਧਾਨ ਸੂਬਾ ਵਾ ਸੋ ਅੱਜ ਬਹੁਤ ਜ਼ਿਆਦਾ ਜਿਹੜੀ ਪਰੇਸ਼ਾਨੀ ਹੋ ਰਹੀ ਆ ਕਿਸਾਨਾਂ ਨੂੰ ਤੇ ਝੋਨਾ ਵੇਚਣ ਦੇ ਲਈ ਫਿਰ ਲਿਫਟਿੰਗ ਨਹੀਂ ਹੋ ਰਹੀ ਭਾ ਨਹੀਂ ਲੱਗ ਰਏ ਸੋ ਬਹੁਤ ਜ਼ਿਆਦਾ ਕਿਸਾਨ ਜਿਹੜਾ ਅੱਜ ਪੰਜਾਬ ਦਾ ਖਾਸ ਤੌਰ ਤੇ ਉਹ ਇਸ ਕਾਲ ਤੋਂ ਦੁਖੀ ਆ ਸੋ ਦੋਨੋਂ ਹੀ ਸਰਕਾਰਾਂ ਨੇ ਜਿਹੜੀਆਂ ਇਹਦੇ ਲਈ ਜ਼ਿੰਮੇਵਾਰ ਨੇ ਸੋ ਅੱਜ ਹਾਈ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ ਆ ਤੇ ਆਸ ਕਰਦੇ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਖਰੀਦ ਹੈ ਇਹਨੂੰ ਸਹੀ ਕਰਕੇ ਲੋਕਾਂ ਦਾ ਝੋਨਾ ਜਿਹੜਾ ਸਮੇਂ ਸਿਰ ਚੱਕਿਆ ਜਾਵੇ ਤੇ ਸਮੇਂ ਸਿਰ ਉਹਨਾਂ ਨੂੰ ਉਹਦੀ ਪੇਮੈਂਟ ਮਿਲ ਜੂਗੀ ਸਰ ਲੇਬਰ ਦੀ ਬਾਣੀ ਹੈ ਦੇਖੋ ਕਿ ਕਿਸਾਨ ਜਿਹੜੇ ਨੇ ਕਹਿੰਦੇ ਕਿ ਮੰਡੀਆਂ ਦੇ ਵਿੱਚ ਜਿਹੜੀ ਦੁਬਾਰੀ ਕੋਈ ਜ਼ਿਆਦਾ ਨਹੀਂ ਹੋਪੀ ਬਿਲਕੁਲ ਮੰਡੀਆਂ ਜਿੱਥੇ ਤਾਂ ਕੋਈ ਹਾਲਾਤ ਹੀ ਬਹੁਤ ਮਾੜੇ ਨੇ ਇੰਨੇ ਮਾੜੇ ਹਾਲਾਤ ਅਜੇ ਤੱਕ ਕਦੇ ਬਣੇ ਹੀ ਨਹੀਂ ਪਿਛਲੇ ਜੇ 20 25 ਸਾਲਾਂ 'ਚ ਦੇਖ ਲਈਏ ਤੇ ਇਦਾਂ ਦੇ ਹਾਲਾਤ ਕਦੇ ਨਹੀਂ ਬਣੇ ਜੋ ਇਸ ਵਾਰ ਬਣੇ ਹੋਏ ਨੇ ਕਿਸਾਨ ਦੇ ਹਾਲਾਤ ਬਹੁਤ ਮਾੜੇ ਨੇ ਸਰ ਲੇਬਰ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਹੇ ਆ ਉਹ ਨਹੀਂ ਆਵਾਂਗੇ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਤਕੁਦ ਜੇ ਸਹੀ ਸਮੇਂ ਤੇ ਪਾ ਨਹੀਂ ਲੱਗਣਗੇ ਲਿਫਟਿੰਗ ਨਹੀਂ ਹੋਊਗੀ ਤਾਂ ਲੇਬਰ ਵਿਚਾਰੇ ਉਹ ਤਾਂ ਹੈਂਟ ਮਾਉਥ ਨੇ ਉਹਨਾਂ ਨੇ ਕਰਕੇ ਖਾਣਾ ਵਾ ਉਹਨਾਂ ਨੇ ਵੀ ਪੈਸਾ ਕਿੱਥੋਂ ਮਿਲਣਾ ਉਹਨਾਂ ਨੂੰ ਸੋ ਇਸ ਲਈ ਇਹ ਇੱਕ ਮੈਂ ਸਮਝਦਾ ਕਿ ਤਰਸਦੀ ਅੱਜ ਪੰਜਾਬ ਦੇ ਲਈ ਜੇ ਪੰਜਾਬ ਦਾ ਕਿਸਾਨ ਨਾ ਜੀ ਦੁਖੀ ਆ ਤਾਂ ਉਹਦੇ ਨਾਲ ਸਾਰਾ ਹੀ ਸਿਸਟਮ ਜੁੜਿਆ ਹੋਇਆ ਪੰਜਾਬ ਦੀ ਖੁਸ਼ਹਾਲੀ ਕਿਸਾਨੀ ਨਾਲ ਜੁੜੀ ਹੋਈ ਆ ਜਹ ਹਰទਿਆ ਚਾਹੇ ਸ਼ੈਲਰ ਵਾਲਾ ਚਾਹੇ ਦੁਕਾਨਦਾਰਾ ਚਾਹੇ ਕਿਸੇ ਵੀ ਬਿਜ਼ਨਸ ਦੇ ਵਿੱਚ ਆ ਕੋਈ ਲੇਕਿਨ ਕਿਤਨਾ ਕਿਤੇ ਉਹਦਾ ਲਿੰਕ ਆ ਜਿਹੜਾ ਕਿਸਾਨੀ ਨਾਲ ਜੁੜਦਾ ਜੁੜਦਾ ਇਸ ਲਈ ਪੰਜਾਬ ਦੇ ਕਿਸਾਨ ਦਾ ਖੁਸ਼ਹਾਲ ਹੋਣਾ ਪੰਜਾਬ ਦੀ ਤਰੱਕੀ ਲਈ ਬੜਾ ਜ਼ਰੂਰੀ ਆ ਸਰ ਤੁਸੀਂ ਖੁਦ ਵੀ ਖੇਤੀ ਕਰਦੇ ਹੋ ਕਹਿੰਦੇ ਡੀਪੀ ਨਹੀਂ ਵੜੀ ਚੱਲਦਾ ਆ ਉਸ ਤੋਂ ਵੱਡੀ ਪ੍ਰੋਬਲਮ ਇਸ ਵਾਰ ਜਿੰਨੀ ਡਿਮਾਂਡ ਆ ਉਹਦੇ ਨੇੜੇ ਤੇੜੇ ਵੀ ਸਪਲਾਈ ਨਹੀਂ ਪਹੁੰਚ ਸਕੀ ਅਸੀਂ ਰੋਜ਼ ਸਵੇਰ ਤੋਂ ਲੈ ਕੇ ਜਿੱਥੇ ਜਿੱਥੇ ਲੋੜ ਹੈਗੀ ਉਹਦੀ ਪੈਰ ਵਾਈ ਕਰਕੇ ਕੋਸ਼ਿਸ਼ ਕਰ ਰਹੇ ਆ ਵੀ ਕਿਸਾਨਾਂ ਨੂੰ ਡੀਪੀ ਖਾਦ ਮਿਲੇ ਕਿਉਂਕਿ ਹੁਣ ਆਲੂ ਦੀ ਬਿਜਾਈ ਚੱਲ ਰਹੀ ਆ ਕਾ ਦੇ ਨਾਲ ਕਣਕ ਦੀ ਬਿਜਾਈ ਵੀ ਹੁਣ ਜੋਰ ਫੜਨ ਲੱਗੀ ਆ ਸੋ ਇੱਕ ਬਹੁਤ ਵੱਡੀ ਜਿਹੜੀ ਦਿੱਕਤ ਆ ਸੋ ਇਹਦੇ ਲਈ ਵੀ ਦੋਨੇ ਸਰਕਾਰਾਂ ਜ਼ਿੰਮੇਵਾਰ ਆ